ਵੀ ਹੱਥ ਖੋ ਕੇ ਲੈ ਗਿਆ ਮੁੰਡਾ ਪੈਸਾ ਸਾਰਾ ਕੁਛ ਇਧਰ ਹੀ ਰਹਿ ਜਾਣਾ ਔਰ ਜੋ ਨਹੀਂ ਰਹਿ ਜਾਣਾ ਉਹ ਇਧਰ ਰਹਿ ਜਾਣਾ ਬਾਕੀ ਦੁਨੀਆ ਸੁਣੀ ਸੁਣੀ ਕਰਦੀ ਏ ਇਸ ਬੰਦੇ ਨੇ ਬਲੌਗ ਤੋਂ ਖਤਮ ਕਰ ਚੁੱਕੇ ਹੋਏ ਤੇ ਪਰ ਵਸੀਮ ਭਾਈ ਕੀ ਜੋ ਸੀ ਆਹ ਨਿਕਲ ਰਹੀ ਹੈ ਨਾ ਇਹ ਦੇਖੇ ਤੇ ਵਸੀਮ ਭਾਈ ਕਿਆ ਕਹਿ ਰਹੇ ਆ ਨਾਸ਼ਤੇ ਪੇ ਜਾਏਂਗੇ ਨਹੀਂ ਯਾਰ ਨਾਸ਼ਤੇ ਪੇ ਜਾ ਤੇਰੇ ਹੱਥ ਖੋ ਕੇ ਲੈ ਗਿਆ ਮੁੰਡਾ ਤੁਸੀਂ ਨਹੀਂ ਹੁਆ ਹੁਆ ਕਿਆ ਆਪਕੇ ਸਾਥ ਯਾਰ ਕਿਆ ਕਿਆ ਹੁਆ ਇਤਬਾਰ ਨਹੀਂ ਕਰਨਾ ਵਸੀਮ ਭਾਈ ਆਪ ਨਾਸ਼ਤਾ ਨਹੀਂ ਕਰਨੇ ਜਾਏਗੇ ਬੱਕਰ ਭਾਈ ਆਪਕੋ ਖਿਲਾ ਰਹੇ ਹੈ ਮੈਨੂੰ ਮੇਰੇ ਪੈਸੇ ਮੇਰੀ ਪੇਮੈਂਟ ਕੀ ਹੈ ਮੇਰੀ ਪੇਮੈਂਟ ਹੁਣ ਫਸ ਗਈ ਹੈ ਤੁਸੀਂ ਕਹਿੰਦੇ ਨਾ ਫਸ ਗਈ ਹੈ ਮੈਂ ਨਾਸ਼ਤੇ ਪੇ ਵੀ ਨਹੀਂ ਜਾ ਰਹੇ ਅਬ ਇਤਨਾ ਦਿਲ ਕਿਉਂ ਆਪ ਉਦਾਸ ਕਰ ਰਹੇ ਵਸੀਮ ਭਾਈ ਦੁਆ ਕਰੋ ਬੱਕਰ ਭਾਈ ਕੱਲ ਵਾਪਿਸ ਨਿਕਲ ਥੋੜੇ ਦਿਨ ਗੁਜ਼ਾਰ ਜਾਏ ਵਸੀਮ ਭਾਈ ਸਿਰਫ ਦੋ ਦਿਨ ਕੀ ਤੋਂ ਬਾਅਦ ਹੈ ਦੋ ਦਿਨ ਬਾਅਦ ਆਪਕੋ ਨਾਸ਼ਤਾ ਮਿਲੇਗਾ ਇਸਮੇ ਕਿਆ ਮਸਲਾ ਹੈ ਮੈਂ ਘਰ ਸੇ ਕਰ ਲੂੰ ਆ ਨਾਸ਼ਤਾ ਨਹੀਂ ਕਰਨਾ ਚਾਹੇਂਗੇ ਨਹੀਂ ਯਾਰ ਕਿਆ ਹੋ ਗਿਆ ਐਸਾ ਬਸ ਬਾਤ ਪਾਣੀ ਨਹੀਂ ਦੁਨੀਆ ਸੁਣੀ ਸੁਣੀ ਕਰਦੀ ਏ ਇਸ ਬੰਦੇ ਨੇ ਅਬ ਇਹ ਅਸਰ ਹੈ ਦਿਲੋਂ ਕੋ ਆਗ ਲਗਾ ਕੇ ਚੱਲ ਯਾਰ ਚੱਲ ਸੀ ਭਾਈ ਐਸੇ ਹੋਤਾ ਹੈ ਬੜੇ ਬੜੇ ਦੇਸ਼ੋਂ ਮੇਂ ਜੈਸੀ ਛੋਟੀ ਮੋਟੀ ਬਾਤੇ ਹੋਤੀ ਰਹਤੀ ਹੈ ਪਰ ਦੋਸਤੋਂ ਕੋ ਮਿਲਣਾ ਹੀ ਆਪਕੋ ਬਤਾਇਆ ਨਾ ਪੈਸਾ ਸਾਰਾ ਕੁਛ ਇਧਰ ਹੀ ਰਹਿ ਜਾਣਾ ਹੈ ਔਰ ਜੋ ਨਹੀਂ ਰਹਿ ਜਾਣਾ ਉਹ ਇਧਰ ਰਹਿ ਜਾਣਾ ਬਾਕੀ ਕੁਛ ਇਧਰ ਹੀ ਰਹਿ ਜਾਣਾ ਕੁਛ ਇਧਰ ਹੀ ਰਹਿ ਜਾਣਾ ਬਾਕੀ ਆਪਕੇ ਹੱਥ ਮੇਂ ਕੁਛ ਨਹੀਂ ਰਹਿ ਰਹਾ ਠੀਕ ਹੈ ਔਰ ਕੁਛ ਵਸੀਮ ਭਾਈ ਔਰ ਕੁਛ ਕਹਿਣਾ ਚਾਹੇਂਗੇ ਬਸ ਯਾਰ ਦੁਆ ਕਰਦੇ ਮੇਰੇ ਹੱਕ ਮੇਂ ਮੇਰੇ ਪੈਸੇ ਮਿਲ ਜਾਏ ਕੱਲ ਜੁਮੇ ਜੁਮੇ ਕੇ ਮਾਰ ਚਲ ਠੀਕ ਹੋ ਗਿਆ ਵਸੀਮ ਭਾਈ ਪੈਸਾ ਸਾਰਾ ਕੁਛ ਇਧਰ ਹੀ ਰਹਿ ਜਾਣਾ ਹੈ ਔਰ ਜੋ ਨਹੀਂ ਰਹਿ ਜਾਣਾ ਉਹ ਇਧਰ ਰਹਿ ਜਾਣਾ ਬਾਕੀ